ਸੀਐਲਯੂ ਮਾਮਲੇ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਜਾ ਰਹੇ ਆਰੋਪਾਂ ਤੇ ਪੰਜਾਬੀ ਏਕਤਾ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਕੋਚਰ ਮਾਰਕੀਟ ਵਿਖੇ ਕੀਤੇ ਗਏ ਧਰਨਾ ਪ੍ਰਦਰਸ਼ਨ ਤੋਂ ਬਾਅਦ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਕੌਂਸਲਰ ਮਮਤਾ ਆਸ਼ੂ ਵੱਲੋਂ ਮੇਅਰ ਬਲਕਾਰ ਸਿੰਘ ਨਾਲ ਮਿਲ ਕੇ ਇੱਕ ਪੱਤਰਕਾਰ ਮੀਟਿੰਗ ਕੀਤੀ ਗਈ। ਮਮਤਾ ਆਸ਼ੂ ਅਤੇ ਮੇਅਰ ਨੇ ਆਰੋਪ ਲਗਾਇਆ ਕਿ ਖਹਿਰਾ ਵੱਲੋਂ ਲਗਾਏ ਗਏ ਸਾਰੇ ਆਰੋਪ ਝੂਠੇ ਹਨ। ਵਿਰੋਧੀਆਂ ਦੇ ਆਰੋਪਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਹ ਇੰਤਜ਼ਾਰ ਕਰ ਰਹੇ ਸਨ ਕਿ ਖਹਿਰਾ ਉੱਥੇ ਸਬੂਤ ਲੈ ਕੇ ਆਉਣਗੇ। ਬਸ ਇਹੀ ਕਹਿਣਾ ਚਾਹਾਂਗੇ ਕਿ ਖਹਿਰਾ ਸਾਹਿਬ ਨੇ ਅੱਜ 11 ਵਜੇ ਆਸ਼ੂ ਜੀ ਦੇ ਰੈਜੀਡੈਂਸ 'ਤੇ ਆਉਣਾ ਸੀਗਾ। ਅਸੀਂ ਸਾਰੇ ਕੌਂਸਲਰਸ, ਮੇਅਰ ਸਾਹਿਬ, ਸਾਡੇ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਵਰਕਰ ਇੱਥੇ ਇਕੱਠੇ ਹੋਏ ਸੀਗੇ ਉਹਨਾਂ ਨੂੰ ਵੈਲਕਮ ਕਰਨ ਲਈ, ਉਹਨਾਂ ਦਾ ਇਸਤਕਬਾਲ ਕਰਨ ਨੂੰ, ਉਹਨਾਂ ਨੂੰ ਚਾਹ ਪਾਣੀ ਪਿਲਾਉਣ ਨੂੰ ਔਰ ਬੁਕੇ ਦੇਣ ਲਈ ਕਿ ਤੁਸੀਂ ਆਓ, ਸਾਨੂੰ ਦੱਸੋ ਕਿ ਜਿਹੜਾ ਇਸ਼ੂ ਦੇ ਬਾਰੇ ਤੁਸੀਂ ਆ ਰਹੇ ਹੈਗੇ ਹੋ ਉਹਦੇ ਲਈ ਤੁਹਾਡੇ ਕੋਲ ਕੋਈ ਪੁਖਤਾ ਸਬੂਤ ਹੈਗੇ ਆ, ਧਰਨਾ ਲਗਾਉਣ ਆ ਰਹੇ ਆ ਤਾਂ ਕੁਛ ਨਾ ਕੁਛ ਤਾਂ ਸਬੂਤ ਲੈ ਕੇ ਆਉਣਾ ਬਣਦਾ ਹੀ ਆ ਉਹਨਾਂ ਦਾ। ਔਰ ਉਹਨਾਂ ਦੀ ਪਾਰਟੀ ਦਾ ਇੱਕ ਮੋਟੋ ਹੈ ਕਿ ਜਿਹੜੀ ਵੀ ਗੱਲ ਹੋਵੇ ਉਹ ਡਿਸਕਸ਼ਨ ਔਰ ਡਾਇਲੋਗਸ ਨਾਲ ਹੋਵੇ, ਅਤੇ ਅਸੀਂ ਤਾਂ ਇਸੇ ਉਹਦੇ ਕਰਕੇ ਇਕੱਠੇ ਹੋਏ ਸੀਗੇ, ਪਰ ਸ਼ਾਇਦ ਉਹ ਆ ਨਹੀਂ ਪਾਏ, ਇਹ ਉਹਨਾਂ ਨੂੰ ਰੀਜ਼ਨ ਪਤਾ ਹੋਏਗਾ। ਪਰ ਇੱਕ ਗੱਲ ਉਹਨਾਂ ਤੋਂ ਮੈਂ ਪੁੱਛਣਾ ਚਾਹੂੰਗੀ ਕਿ ਕੌਂਸਟੀਟਿਊਸ਼ਨ ਤੋਂ, ਵਿਧਾਨ ਸਭਾ ਤੋਂ ਆਪਾਂ ਸਾਰੇ ਹੀ ਉੱਪਰ ਹੈਗੇ ਹਾਂ ਓਪੋਜੀਸ਼ਨ ਪਾਰਟੀ ਵਾਲੇ, ਜਦੋਂ ਹਾਊਸ ਦੇ ਵਿੱਚ ਆਸ਼ੂ ਜੀ ਨੇ ਆਪ ਖੜ੍ਹੇ ਹੋ ਕੇ ਹਾਊਸ ਕਮੇਟੀ ਦੀ ਮੰਗ ਕਰ ਲਈ ਜੇ ਉਹ ਇਸ ਉਹਦੇ ਵਿੱਚ ਇਨਵੋਲਵ ਹੈਗੇ ਹੈ, ਅਤੇ ਇਹਨਾਂ ਲੋਕਾਂ ਨੇ ਬਗੈਰ ਹੀ ਕਮੇਟੀ ਦੀ ਰਿਪੋਰਟ ਆਉਣ ਤੋਂ ਪਹਿਲਾਂ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਔਰ ਹਰੇਕ ਨੂੰ ਇਨਕਨਵੀਨੀਅੰਸ ਕ੍ਰੀਏਟ ਕੀਤੀ ਹੈ। ਆਪਣਾ ਤਾਂ ਕੰਮ ਰੋਕਿਆ ਸਾਨੂੰ ਵੀ ਇੱਥੇ ਖੜ੍ਹਾ ਕਰਤਾ ਕਿ ਅਸੀਂ ਉਹਨਾਂ ਨੂੰ ਬੁਲਾਈਏ, ਉਹਨਾਂ ਨਾਲ ਗੱਲਬਾਤ ਕਰੀਏ। ਦੂਸਰੀ ਗੱਲ, ਉਹਨਾਂ ਅਫਸਰਾਂ ਦੀ ਉਹ ਪੈਰਵੀ ਕਰ ਰਹੇ ਆ ਜਿਹੜੇ ਆਪ ਇੱਦਾਂ ਦੇ ਕੰਮ ਕਰਦੇ ਹੈਗੇ ਆ। ਜਿਹੜਾ ਬੰਦਾ ਜਾਲੀ ਕਰੰਸੀ ਦਾ, ਜਿਹੜਾ ਕਿ ਸਭ ਤੋਂ ਵੱਡਾ ਸਾਡੀ IPC ਦਾ ਓਫੈਂਸ ਹੈਗਾ ਆ, ਉਹਦੇ ਵਿੱਚ ਰਜਿਸਟਰਡ ਹੈਗਾ ਆ ਕਿ ਉਹ ਫੇਕ ਆਡੀਓ ਨਹੀਂ ਬਣਾ ਸਕਦਾ, ਪਹਿਲਾਂ ਉਹਦੀ ਪੂਰੀ ਛਾਨਬੀਨ ਤਾਂ ਕਰ ਲੈਣ। ਔਰ ਕਿੱਥੇ ਉਸ ਆਡੀਓ ਦੇ ਵਿੱਚ ਹੈ ਕਿ ਆਸ਼ੂ ਜੀ ਇਨਕਰੋਚਮੈਂਟ ਕਰਵਾ ਰਹੇ ਆ ਜਾਂ ਕੋਈ? ਅਗਰ ਜੇ ਆਡੀਓ ਮੈਨੂੰ ਤਾਂ ਪਹਿਲੇ ਫੇਕ ਲੱਗ ਰਹੀਆਂ, ਜੇ ਠੀਕ ਵੀ ਹੋਈਆਂ ਮੇਰੇ ਕੋਲ ਪੁਖਤਾ ਸਬੂਤ, ਮੈਂ ਲੈਟਰ ਵੀ ਲਿਖੀ ਆ ਪਹਿਲੇ ਅੱਜ ਤੋਂ 3 ਦਿਨ ਪਹਿਲੇ ਜਾਖੜ ਸਾਹਿਬ ਨੂੰ, CM ਸਾਹਿਬ ਨੂੰ, ਲੋਕਲ ਬਾਡੀ ਮੰਤਰੀ ਜੀ ਨੂੰ, ਆਪੋਜੀਸ਼ਨ ਦੇ ਹੱਥਾਂ 'ਚ ਖੇਲ ਕਿਉਂ 8 ਮਹੀਨੇ ਪੁਰਾਣੀਆਂ ਆਡੀਓ ਅੱਜ ਜੋ ਰਿਲੀਜ਼ ਕਰ ਰਹੇ ਕਿਉਂ ਲੋਕ ਸਭਾ ਸਿਰ 'ਤੇ ਆ ਗਈ ਹੈ ਔਰ ਆਪੋਜੀਸ਼ਨ ਦੇ ਕਹਿਣ 'ਤੇ ਆਡੀਓ ਇਹਨਾਂ ਨੇ ਰਿਲੀਜ਼ ਕੀਤੀਆਂ ਨੇ ਜਿਹੜੀਆਂ ਕਿ ਮੈਨੂੰ ਫੋਇਕ ਲੱਗਦੀਆਂ, ਜਾਂ ਤਾਂ ਉਹ ਕਹਿਣ ਅਤੇ ਠੀਕ ਹੈ ਤਾਂ ਲੋੜੀਂਦੀ ਕਾਰਵਾਈ ਸਾਡੀ ਸਰਕਾਰ ਕਰੇਗੀ, ਅਗਰ ਉਹ ਝੂਠੀਆਂ ਨੇ ਤਾਂ ਲੋਕਾਂ ਨੂੰ ਆ ਕੇ ਮਾਫ਼ੀ ਮੰਗਦਾ ਔਰ ਮੇਰੇ ਕੋਲ ਪੁਖਤਾ ਸਬੂਤ ਨੇ ਆਪੋਜੀਸ਼ਨ ਦੇ ਹੱਥਾਂ 'ਚ ਖੇਲ ਕੇ ਇਹਨਾਂ ਨੇ ਇਹ ਖੇਡ ਖੇਲੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।